ਰੁਪਏ ਕੀ ਚੀਜ਼ਾਂ ਦਿੰਦੇ ਹੋ ਤੁਸੀਂ? 30 ਰੁਪਏ ਚ 4 ਚਪਾਤੀਆਂ ਹੁੰਦੀਆਂ ਜੀ, ਸੈਲਡ ਹੁੰਦਾ, 2 ਸਬਜ਼ੀਆਂ ਹੁੰਦੀਆਂ ਜੀ। ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਹੈ? ਵਧੀਆ ਸਰ, ਦੁਆਵਾਂ ਦੇ ਕੇ ਜਾਂਦੇ ਸਾਰੇ। 150 ਬੰਦਿਆਂ ਦਾ ਖਾਣਾ ਜਿਹੜਾ ਹੈ ਰੋਜ਼ ਆਉਂਦਾ ਇੱਥੇ, ਅਤੇ ਉਹਨਾਂ ਦੇ ਕਿੰਨੀ ਕੁ ਪੇਮੈਂਟ ਹੁੰਦੀ ਹੈ ਕੁਛ ਪਤਾ ਇਸ ਬਾਰੇ? ਗੁਪਤ ਕੀਤਾ ਨਾ ਸਰ, ਉਹਨਾਂ ਨੇ ਦੱਸ ਨਹੀਂ ਸਕਦੇ ਕੁਛ। ਸਰ ਜਲੰਧਰ ਦੇ ਵਿੱਚ ਤਾਂ ਮੈਂ ਕਿੱਥੇ ਲੋਕੇਸ਼ਨ ਨਹੀਂ ਵੇਖੀ ਸਰ ਹੁਣੇ ਤੱਕ, ਔਰ ਸਪੈਸ਼ਲੀ ਅਰਬਨ ਸਟੇਟ ਅਤੇ ਮਾਡਲ ਟਾਊਨ ਦੇ ਵਿੱਚ ਕੋਈ ਤੁਹਾਨੂੰ 20 ਰੁਪਏ ਦੀ ਰੋਟੀ ਦੇ ਨਹੀਂ ਸਕਦਾ ਸਰ। ਇੱਥੇ ਤੁਹਾਨੂੰ ਸਿਰਫ 10 ਰੁਪਏ ਦਾ ਇੱਕ ਫੁਲਕਾ ਮਿਲਦਾ ਸਰ, ਅਤੇ ਇਹ ਇੰਨੀ ਵਧੀਆ ਸੇਵਾ ਕਰਦੇ ਪਏ ਨੇ ਸਰ, ਪਰਮਾਤਮਾ ਨੂੰ ਹੋਰ ਬਖਸ਼ੇ। ਭਾਵੇਂ 4 ਖਾਓ, 5 ਖਾਓ, ਢਿੱਡ ਭਰ ਕੇ ਤੁਸੀਂ ਰੋਟੀ ਖਾਓ ਉੱਥੋਂ, ਭਾਵੇਂ ਤੁਸੀਂ ਉਧਾਰ ਵੀ ਕਰੋ, ਤੁਹਾਡਾ ਉਹਨਾਂ ਉਧਾਰ ਵੀ ਕਰ ਲੈਂਦੇ, ਤੁਹਾਡੇ ਪੈਸੇ ਵੀ ਨਹੀਂ ਮੰਗਦੇ ਤੁਹਾਡੇ ਕੋਲੋਂ। ਮੋਸਟਲੀ ਆਈ ਜਾਈਦਾ ਹਫ਼ਤੇ 'ਚ 1-2 ਵਾਰ, 3-4 ਵਾਰ। ਟੈਕਸੀ ਦਾ ਕੰਮ ਕਰਦੇ ਹਾਂ, ਜੇ ਇੱਥੇ ਹੋਈ ਤਾਂ ਇੱਥੇ ਖਾ ਲਈਦੀ ਹੈ। ਬੱਸ ਸਟੈਂਡ ਸਟੇਸ਼ਨ ਸਾਈਡ ਜੇ ਰੋਟੀ ਖਾਣ ਜਾਈਏ ਤਾਂ 100-150 ਰੁਪਏ ਦੀ ਰੋਟੀ ਮਿਲਦੀ ਹੈ, ਜੇਕਰ ਨਾਲ 2 ਸਬਜ਼ੀਆਂ ਲੈ ਲਈਏ। ਇਸ ਟਾਈਮ ਅਸੀਂ ਆਏ ਹਾਂ ਅਰਬਨ ਸਟੇਟ ਫੇਸ 1 ਦੇ ਵਿੱਚ, ਜਿੱਥੇ ਕਿ ਰਸੋਈ ਹੈ ਸਰਬੱਤ ਦਾ ਭਲਾ ਦੇ ਲਈ 20 ਰੁਪਏ ਦੀ ਰੋਟੀ ਮਿਲਦੀ ਹੈ। ਕੀ ਕਾਰਨ ਹੈ ਅਤੇ ਕੀ ਕਮਾਈ ਹੁੰਦੀ ਹੈ ਉਹਨਾਂ ਨੂੰ 20 ਰੁਪਏ ਦੀ ਰੋਟੀ ਦੇ ਵਿੱਚ? ਗੱਲਬਾਤ ਕਰਦੇ ਹਾਂ ਇੱਥੇ ਨੇ। ਮੈਂ ਕਿਹਾ ਜੀ ਲੰਗਰ ਹੀ ਲਾਇਆ ਗਿਆ ਹੈ। ਅੱਛਾ ਸਰ, ਨਾਮ ਕੀ ਤੁਹਾਡਾ? ਮੇਰਾ ਕੁਲਦੀਪ ਸਿੰਘ ਹੈ ਜੀ। ਅੱਛਾ ਜੀ, ਕਿੰਨਾ ਟਾਈਮ ਹੋ ਗਿਆ ਸਰ ਇੱਥੇ ਲੰਗਰ ਚੱਲਦੇ ਨੂੰ? ਹੋ ਗਏ 5 ਕੁ ਮਹੀਨੇ ਚੱਲਦੇ। 5 ਕੁ ਮਹੀਨੇ? ਅਤੇ ਕਿਹੋ ਜਿਹਾ ਲੋਕਾਂ ਦਾ ਰਿਸਪੌਂਸ ਹੈ? ਠੀਕ ਹੈ, ਖਾਣ ਵਾਲੇ ਆਉਂਦੇ ਕਾਫੀ। ਅੱਛਾ ਜੀ, ਕੀ ਕਹਿਣਾ ਕੀ ਉਹਨਾਂ ਦਾ? ਕੁਛ ਨਹੀਂ, ਕੋਈ ਯਾਨੀ ਜਿਸ ਹਿਸਾਬ ਨਾਲ ਮਾਹੌਲ ਚੱਲ ਰਿਹਾ ਸੀਗਾ ਲੋਕਡਾਊਨ ਕਰਕੇ, ਕਰੋਨਾ ਕਰਕੇ, ਉਸ ਕਰਕੇ ਲਗਾਇਆ ਗਿਆ ਲੋਕਾਂ ਨੇ। 20 ਰੁਪਏ ਦੇ ਵਿੱਚ ਕੀ ਚੀਜ਼ਾਂ ਦਿੰਦੇ ਹੋ ਤੁਸੀਂ? 20 ਰੁਪਏ 'ਚ 4 ਚਪਾਤੀਆਂ ਹੁੰਦੀਆਂ ਜੀ, ਸੈਲਡ ਹੁੰਦਾ, 2 ਸਬਜ਼ੀਆਂ ਹੁੰਦੀਆਂ ਜੀ। 2 ਸਬਜ਼ੀਆਂ? ਅਤੇ ਇਸ ਤੋਂ ਕਮਾਈ ਵੀ ਕੋਈ ਇਸੇ ਤਰ੍ਹਾਂ ਦੀ ਹੁੰਦੀ? ਕਮਾਈ ਨਹੀਂ ਜੀ, ਕਮਾਈ ਵਾਲਾ ਕੋਈ ਸਾਧਨ ਨਹੀਂ ਜੀ। ਇਹ 20 ਰੁਪਏ ਦਾ ਸੌਦਾ ਕੀਤਾ, ਸੱਚਾ ਸੌਦਾ ਨਾਨਕ ਨੇ ਹਸਪਤਾਲ 'ਚ ਲਗਾਇਆ ਗਿਆ। ਅੱਛਾ, ਇਸੇ ਕਾਰਨ ਤੁਸੀਂ 20 ਰੁਪਏ ਦਾ ਕਰਦੇ? ਅਤੇ ਜਿਹੜਾ ਖਾਣਾ ਹੈ ਰੋਜ਼ ਵੱਖਰਾ ਵੱਖਰਾ ਹੁੰਦਾ ਕਿ ਸੇਮ ਹੁੰਦਾ? ਇਹਨਾਂ ਚੇਂਜ ਹੁੰਦਾ ਰੋਜ਼ ਜੀ। ਅੱਛਾ ਜੀ, ਹਾਂਜੀ। ਚਾਵਲ ਵਗੈਰਾ ਵੀ ਹੁੰਦੇ ਨੇ? ਚਾਵਲ ਸੋਮਵਾਰ ਹੁੰਦੇ, ਵੀਰਵਾਰ ਤਾਂ ਸ਼ਨੀਵਾਰ ਜੀ। ਅੱਛਾ, 3 ਦਿਨ? ਹਾਂਜੀ। ਅਤੇ ਕਿੰਨੇ ਟੋਟਲ ਇੱਥੇ ਕੰਮ ਹੈ ਜਿਹੜੇ ਕੰਮ ਕਰਦੇ ਨੇ? ਆਪਾਂ 3 ਹੀ ਸੇਵਾਦਾਰ ਹਾਂ ਜੀ ਇੱਥੇ। 3 ਸੇਵਾਦਾਰ? ਕਿਸੇ ਤਰ੍ਹਾਂ ਦੀ ਸੇਵਾ ਵੀ ਲੈਂਦੇ ਹੋ ਕਿ ਸੇਵਾ ਵੀ ਲਈ? ਕੋਈ ਦੇਵੇ ਤਾਂ ਲੈ ਹੀ ਲਈਦੀ ਹੈ ਜੀ, ਆਟਾ ਦੇਵੇ, ਕੁਛ ਵੀ ਦੇਵੇ, ਪੈਸੇ ਦੇਵੇ, ਲੈ ਲਈਦੀ ਹੈ। ਅੱਛਾ, ਲੋਕ ਇੱਥੇ ਆ ਕੇ ਡੋਨੇਸ਼ਨ ਵੀ ਕਰ ਸਕਦੇ ਨੇ? ਠੀਕ ਹੈ, 20 ਰੁਪਏ ਤੋਂ ਇਲਾਵਾ ਜੇਕਰ ਕਿਸੇ ਨੇ ਦੇਣਾ? ਹਾਂਜੀ ਹਾਂਜੀ, ਦੇ ਸਕਦੇ। ਅਤੇ ਜੇ ਇੱਥੇ ਤੁਸੀਂ ਜਿਹੜਾ ਖਾਣ ਪੀਣ ਹੈ ਇਹ ਤੁਸੀਂ ਇੱਥੇ ਬਣਾਉਂਦੇ ਹੋ? ਨਹੀਂ ਜੀ, ਕੈਟਰਿੰਗ 'ਤੇ ਦਿੱਤਾ ਹੋਇਆ। ਕੈਟਰਿੰਗ 'ਤੇ? ਅਤੇ ਦਿਨ ਦਾ ਕਿੰਨੇ ਕੁ ਲੋਕਾਂ ਦਾ ਇੱਥੇ ਖਾਣਾ ਬਣ ਜਾਂਦਾ ਹੈ? 150 ਤੋਂ ਉੱਪਰ ਹੀ ਚਲੇ ਜਾਂਦਾ ਜੀ। 150 ਤੋਂ ਉੱਪਰ? ਠੀਕ ਹੈ। ਕਿਸੇ ਤਰ੍ਹਾਂ ਦੀ ਕੰਪਲੇਂਟ ਵੀ ਹੈ ਇਹ ਜਿਹੜਾ? ਕੰਪਲੇਂਟ ਕੋਈ ਨਹੀਂ ਆਉਂਦੀ, ਇੱਥੇ ਪਬਲਿਕ ਆਉਂਦੀ ਹੈ, ਕੋਈ ਕੰਪਲੇਂਟ ਨਹੀਂ ਆਉਂਦੀ ਜੀ। ਬਿਲਕੁਲ, ਆਪਾਂ ਦੇਖ ਵੀ ਸਕਦੇ ਹਾਂ ਸਫਾਈ ਜਿਹੜੀ ਹੈ ਬਿਲਕੁਲ ਧਿਆਨ ਰੱਖਿਆ ਗਿਆ ਹੈ, ਕਿਸੇ ਤਰ੍ਹਾਂ ਦੇ ਵੀ ਮਿੱਟੀ ਵਗੈਰਾ ਵੀ ਨਹੀਂ ਹੈ। ਅਤੇ ਇੱਥੇ ਹੋਰ ਵੀ ਜਿਹੜੇ ਦੂਸਰੇ ਇੰਪਲਾਈ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਕੀ ਨਾਮ ਹੈ ਤੁਹਾਡਾ? ਸਿੱਧੂ ਸਰ। ਸਿੱਧੂ? ਹਾਂ। ਅਤੇ ਤੁਹਾਡਾ ਕੰਮ ਕੀ ਹੈ ਇੱਥੇ? ਸਰ ਪੈਸੇ ਨਹੀਂ ਮੈਨੇਜਮੈਂਟ ਕਰਨਾ, ਪੈਸੇ ਪਰਚੀਆਂ ਵਗੈਰਾ ਕੱਟਣੇ। ਪਰਚੀ ਕੱਟ ਕੇ ਦਿੰਦੇ ਹੋ? ਠੀਕ ਹੈ। ਕਿੰਨੀ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ? 5 ਕੁ ਮਹੀਨੇ? ਹਾਂ, 5-6 ਮਹੀਨੇ ਹੋ ਗਏ। ਅਤੇ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਹੈ? ਵਧੀਆ ਸਰ, ਦੁਆਵਾਂ ਦੇ ਕੇ ਜਾਂਦੇ ਸਾਰੇ। ਬਿਲਕੁਲ, ਦੁਆਵਾਂ ਦੀ ਹੀ ਲੋੜ ਹੈ ਇਸ ਟਾਈਮ। ਹਾਂਜੀ ਹਾਂਜੀ, ਕੋਰੋਨਾ ਕਾਲ ਦੌਰਾਨ ਕੰਮ ਵੀ ਬਹੁਤ ਲੋਕਾਂ ਦੇ ਕੰਮ ਹੋਏ, ਬੰਦ ਹੋਏ ਨੇ। ਹਾਂਜੀ, ਬੰਦ ਹੋਏ ਨੇ। ਅਤੇ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਇੱਥੇ? ਸਰ ਜਿਹੜੇ ਸਾਡੇ ਓਨਰ ਆ ਉਹ ਕਰ ਰਹੇ ਸਾਰਾ ਕੁਛ ਪਿੱਛੋਂ। ਅੱਛਾ। ਹਾਂਜੀ, ਸਪੋਰਟ ਕਰ ਰਹੇ ਪੂਰੀ ਨਾਲ। ਠੀਕ ਹੈ। ਉਹਨਾਂ ਦਾ ਡੇਲੀ ਜਿੰਨਾ ਵੀ ਖਰਚਾ ਹੁੰਦਾ? ਉਹਨਾਂ ਦਾ ਹੁੰਦਾ। ਹਾਂਜੀ, ਆਪਾਂ ਸਿਸਟਮ ਇੱਥੇ ਆਪਾਂ ਸਾਂਭਿਆ, ਪਿੱਛੋਂ ਪੈਸੇ ਦਾ ਸਾਰਾ ਉਹ ਕਰਦੇ। ਅੱਛਾ, ਪੈਸੇ ਦਾ ਆਉਣਾ ਬੋਲਿਆ ਮੋਰੇ ਨਹੀਂ ਆਉਂਦੇ ਕੈਮਰੇ ਦੇ ਲੈ ਜਾ। ਅਤੇ 150 ਬੰਦਿਆਂ ਦਾ ਖਾਣਾ ਜਿਹੜਾ ਹੈ ਰੋਜ਼ ਆਉਂਦਾ ਇੱਥੇ, ਅਤੇ ਉਹਨਾਂ ਦੇ ਕਿੰਨੀ ਕੁ ਪੇਮੈਂਟ ਹੁੰਦੀ ਹੈ ਕੁਛ ਪਤਾ ਇਸ ਬਾਰੇ? ਗੁਪਤ ਕੀਤਾ ਨਾ ਸਰ, ਉਹਨਾਂ ਨੇ ਦੱਸ ਨਹੀਂ ਸਕਦੇ ਕੁਛ। ਉਹਨਾਂ ਦਾ ਨਾਮ ਵੀ ਦੱਸ ਨਹੀਂ ਸਕਦੇ, ਸੇਵਾ ਕਿੰਨੀ ਹੁੰਦੀ ਹੈ ਵੀ ਨਹੀਂ ਦੱਸ ਸਕਦੇ ਗੁਪਤ। ਅੱਛਾ, ਬਸ 20 ਰੁਪਏ ਲੋਕਾਂ ਤੋਂ ਤਾਂ ਕਿਉਂ ਲੈਂਦੇ ਹੋ ਕਿ ਲੋਕਾਂ ਨੂੰ ਫੀਲ ਨਾ ਹੋਵੇ? ਹਾਂਜੀ ਹਾਂਜੀ, ਮਤਲਬ ਸਸਤੇ ਵਿੱਚ ਵਧੀਆ ਦਿੱਤਾ ਜਾਵੇ ਖਾਣਾ ਉਹਨਾਂ ਨੂੰ। ਅਤੇ ਕਈ ਮਿੱਠੇ ਦੀ ਆਈਟਮ ਵੀ ਹੁੰਦੀ ਹੈ? ਹਾਂਜੀ, ਸਵੀਟਸ ਹੁੰਦੀ ਸੀ, ਥੋੜ੍ਹੇ ਦਿਨ ਹੋਏ ਬੰਦ ਹੋਏ ਕਰੋਨਾ ਕਰਕੇ, ਜਦੋਂ ਲੋਕਡਾਊਨ ਲੱਗਾ ਪਿੱਛੇ ਫਿਰ ਬੰਦ ਹੋਇਆ। ਵੈਸੇ ਨਾਲ ਦਹੀਂ ਦੀ ਮਿਠਾਈ। ਬਹੁਤ ਸਾਰੇ ਲੋਕ ਇੱਥੇ ਰੋਟੀ ਵੀ ਖਾਣ ਆਉਂਦੇ ਨੇ ਅਤੇ ਪੈਕ ਵੀ ਕਰਾ ਕੇ ਲੈ ਜਾਂਦੇ ਨੇ, ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਿਤ ਕੁਮਾਰ ਹੈ ਜੀ। ਅਮਿਤ ਕੁਮਾਰ ਜਲੰਧਰ ਤੋਂ ਹੀ ਹੋ? ਨਹੀਂ, ਮੈਂ ਅੰਮ੍ਰਿਤਸਰੋਂ ਹਾਂ।
ਅੰਮ੍ਰਿਤਸਰ ਇੱਥੇ ਕੀ ਕੰਮ ਕਾਰ ਕਰਦੇ ਹੋ? ਇੱਥੇ ਕੰਮ ਕਰੀਦਾ, ਪ੍ਰਾਈਵੇਟ ਸਾਡੀ ਕੰਪਨੀ ਹੈਗੀ ਜੇ। ਸਾਡੀ ਕੰਪਨੀ ਦੇ ਵਿੱਚ ਕੋਈ ਸ਼੍ਰੀਨਗਰ ਤੋਂ ਕੰਮ ਕਰਦਾ, ਕੋਈ ਚੇਨਈ ਤੋਂ, ਕੋਈ ਦਿੱਲੀ ਤੋਂ। ਤੁਹਾਨੂੰ ਪਤਾ ਬਾਹਰ ਰਹਿਣਾ ਬੜਾ ਔਖਾ, ਨਾਲ ਕੰਮ ਕਰਨਾ ਨਾਲ ਰੋਟੀ ਬਣਾਉਣੀ ਬੜੀ ਔਖੀ ਹੁੰਦੀ ਹੈ। ਇਹਨਾਂ ਨੇ ਖੋਲ੍ਹਿਆ ਜੇ ਇੱਥੇ ਸੇਵਾ ਰਸੋਈ, ਸਾਡੇ ਲਈ ਬਹੁਤ ਬਹੁਤ ਫਾਇਦਾ ਹੋਇਆ ਜੇ। ਸਰ ਇਹਦੇ ਵਿੱਚ 20 ਰੁਪਏ ਤੁਹਾਨੂੰ ਥਾਲੀ ਮਿਲ ਜਾਂਦੀ ਹੈ, ਉਹਦੇ ਤੁਹਾਨੂੰ ਦੋ ਸਬਜ਼ੀਆਂ, ਸੈਲਡ, 4 ਰੋਟੀਆਂ, ਰਾਈਸ, ਪਲੱਸ ਤੁਹਾਨੂੰ ਕਦੀ ਕਦੀ ਮਿੱਠਾ ਵੀ ਮਿਲਦਾ, ਪਲੱਸ ਤੁਹਾਨੂੰ ਮਿਨਰਲ ਵਾਟਰ ਮਿਲਦਾ ਸਰ, ਸਭ ਤੋਂ ਵੱਡੀ ਗੱਲ ਸਰ। ਹੋਰ ਵੀ ਕੋਈ ਲੋਕੇਸ਼ਨਸ ਹੈਗੀਆਂ ਨੇ ਇੱਥੋਂ ਜਿੱਥੋਂ ਇੰਨਾ ਸਸਤਾ ਮਿਲ ਜਾਂਦਾ ਖਾਣਾ? ਸਰ ਜਲੰਧਰ ਦੇ ਵਿੱਚ ਤਾਂ ਮੈਂ ਕਿੱਥੇ ਲੋਕੇਸ਼ਨ ਨਹੀਂ ਵੇਖੀ ਸਰ ਹੁਣੇ ਤੱਕ, ਔਰ ਸਪੈਸ਼ਲੀ ਅਰਬਨ ਸਟੇਟ ਅਤੇ ਮਾਡਲ ਟਾਊਨ ਦੇ ਵਿੱਚ ਕੋਈ ਤੁਹਾਨੂੰ 20 ਰੁਪਏ ਦੀ ਰੋਟੀ ਦੇ ਨਹੀਂ ਸਕਦਾ ਸਰ। ਇੱਥੇ ਤੁਹਾਨੂੰ ਸਿਰਫ 10 ਰੁਪਏ ਦਾ ਇੱਕ ਫੁਲਕਾ ਮਿਲਦਾ ਸਰ, ਅਤੇ ਇਹ ਇੰਨੀ ਵਧੀਆ ਸੇਵਾ ਕਰਦੇ ਪਏ ਨੇ ਸਰ। ਪਰਮਾਤਮਾ ਉਹਨਾਂ ਨੂੰ ਹੋਰ ਬਖਸ਼ੇ, ਪਰਮਾਤਮਾ ਉਹਨਾਂ ਨੂੰ ਹੋਰ ਦੇਵੇ। ਹੋਰ ਵੀ ਸਟੇਟ ਦੇ ਲੋਕ ਆ ਕੇ ਇੱਥੇ ਰੋਟੀ ਰੋਟੀ ਖਾਂਦੇ ਨੇ, ਤੁਸੀਂ ਜਿੱਦਾਂ ਕੰਪਨੀ ਤੁਹਾਡੀ ਦੇ ਇੰਪਲੋਈਜ਼ ਨੇ? ਹਾਂਜੀ ਸਰ, ਸਾਡੀ ਕੰਪਨੀ ਦੇ ਵਿੱਚ ਚੇਨਈ ਤੋਂ ਆ, ਤੁਹਾਨੂੰ ਦੱਸਿਆ ਹੁਣੇ, ਅਤੇ ਕੋਈ ਮਜ਼ਦੂਰ ਲੋਕ ਵੀ ਆ ਬਿਹਾਰ ਯੂਪੀ ਦੇ ਇੱਥੇ ਕੰਮ ਕਰਦੇ ਨੇ, ਉਹ ਵੀ ਇੱਥੇ ਆ ਕੇ ਰੋਟੀ ਖਾਂਦੇ ਨੇ। ਇਹ ਤੁਹਾਨੂੰ ਥਾਲੀ ਦੇਣਗੇ, ਇਹਦਾ ਇਹ ਮਤਲਬ ਨਹੀਂ ਤੁਹਾਨੂੰ ਪੂਰੀ ਰੋਟੀ ਨਾਲ ਦੇ ਦੀ, ਤੁਸੀਂ ਹੋਰ ਵੀ ਮੰਗ ਸਕਦੇ ਹੋ 20 ਰੁਪਏ ਦੇ ਵਿੱਚ ਰੋਟੀ, ਭਾਵੇਂ 4 ਖਾਓ, 5 ਖਾਓ, ਢਿੱਡ ਭਰ ਕੇ ਤੁਸੀਂ ਰੋਟੀ ਖਾਓ ਉੱਥੋਂ, ਭਾਵੇਂ ਤੁਸੀਂ ਉਧਾਰ ਵੀ ਕਰੋ, ਤੁਹਾਡਾ ਉਹਨਾਂ ਉਧਾਰ ਵੀ ਕਰ ਲੈਂਦੇ, ਤੁਹਾਡੇ ਪੈਸੇ ਵੀ ਨਹੀਂ ਮੰਗਦੇ ਤੁਹਾਡੇ ਕੋਲੋਂ। ਬਹੁਤ ਵਧੀਆ ਗੱਲ ਹੈ ਭਾਅ ਜੀ ਇਹਨਾਂ ਦੀ ਤਾਂ ਜੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਇੱਥੇ ਖਾਣ ਆਉਂਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਪੈਸੇ ਨਹੀਂ ਨੇ, ਜੇ ਫਿਲਹਾਲ ਨਹੀਂ ਦੇ ਸਕਦਾ, ਤਾਂ ਉਹਨਾਂ ਦੇ ਨਾਲ ਉਧਾਰ ਵੀ ਕਰ ਲੈਂਦੇ ਨੇ। ਹੋਰ ਵੀ ਲੋਕ ਜਿਹੜੇ ਇੱਥੇ ਲੰਗਰ ਛਕਣ ਆਉਂਦੇ ਨੇ, ਰੋਟੀ ਖਾਣ ਆਉਂਦੇ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ, ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ। ਸਰ ਇੱਥੇ ਰੋਜ਼ ਆਉਂਦੇ ਹੋ ਰੋਟੀ ਖਾਣ? ਹਾਂਜੀ ਹਾਂਜੀ, ਮੋਸਟਲੀ ਆ ਹੀ ਜਾਈਦਾ, ਹਫ਼ਤੇ 'ਚ 1-2 ਵਾਰ, 3-4 ਵਾਰ। ਟੈਕਸੀ ਦਾ ਕੰਮ ਕਰਦੇ ਹਾਂ, ਜੇ ਫਿਰ ਇੱਥੇ ਹੋਈ ਤਾਂ ਇੱਥੇ ਖਾ ਲਈਦੀ ਆ ਕੇ। ਵਧੀਆ ਇਹਨਾਂ ਦਾ ਕੰਮ, ਮਤਲਬ ਨਾ ਜਿੱਦਾਂ ਸਸਤੀ ਹੈ, ਇੱਕ ਤਾਂ ਮਤਲਬ ਵਧੀਆ ਲੰਗਰ ਦੀ ਤਰ੍ਹਾਂ ਚਲਾਈ ਹੋਈ ਹੈ ਇਹਨਾਂ ਨੇ, ਹੈ ਨਾ, ਅਤੇ ਇੱਕ ਬਿਲਕੁਲ ਟੇਸਟੀ, ਬਿਲਕੁਲ ਟੇਸਟ ਜਿਹੜਾ ਆਪਣੇ ਘਰ ਦੀ ਤਰ੍ਹਾਂ ਹੀ ਆ ਬਿਲਕੁਲ। ਸੈਕਿੰਡ ਗੱਲ ਕੀ ਹੈ ਕਿ ਸਫਾਈ ਜਿਹੜੀ ਬਹੁਤ ਮੈਟਰ ਕਰਦੀ ਹੈ, ਅਤੇ ਸਫਾਈ ਬਹੁਤ ਹੈ ਇੱਥੇ ਨਾ ਬਸ। ਅਤੇ ਹੋਰ ਵੀ ਤੁਹਾਡੇ ਟੈਕਸੀ ਯੂਨੀਅਨ ਦੇ ਬੰਦੇ ਇੱਥੇ? ਬਿਲਕੁਲ ਬਿਲਕੁਲ, 2-4 ਜਣੇ ਹੁਣੀ ਕਰਵਾ ਕੇ ਗਏ ਆ, ਕਿਉਂਕਿ ਪੈਕ ਵੀ ਕਰਦੇ ਆ, ਕਈ ਪੈਕ ਕਰਕੇ ਲੈ ਜਾਂਦੇ ਆ, ਕਈ ਖਾ ਜਾਂਦੇ ਆ ਇੱਥੇ ਆ ਕੇ। ਅਤੇ ਤੁਹਾਨੂੰ ਜਿਹੜਾ ਦੱਸਿਆ ਕਿਸਨੇ ਇਸ ਸੰਬੰਧੀ? ਐਕਚੁਲੀ ਮੈਂ ਇੱਥੇ ਪੀ ਜੀ ਲਿਆ ਹੋਇਆ ਨੀਅਰ, ਅਤੇ ਆਪਾਂ ਜਦੋਂ ਟੈਕਸੀ ਦਾ ਕੰਮ ਕਰਦੇ ਇੱਥੇ ਖੜ੍ਹਦੇ ਹਾਂ, ਇੱਥੇ ਨੀਅਰ ਖੜ੍ਹ ਜਾਈਦਾ, ਤਾਂ ਇਸ ਕਰਕੇ ਸਾਨੂੰ ਇੱਥੇ ਪੜਿਆ ਸੀ ਉਦੋਂ ਤੋਂ ਖਾਣੀ 'ਚ ਸਟਾਰਟ ਕਰਤੀ, ਇੱਕ ਮੰਥ ਹੋਇਆ ਮੈਨੂੰ ਕੰਮ, ਤਾਂ ਸ਼ਾਇਦ ਬਹੁਤ ਟਾਈਮ ਤੋਂ ਕਰ ਰਹੇ ਆ। ਅਤੇ ਜਲੰਧਰ ਤੋਂ ਹੀ ਹੋ ਤੁਸੀਂ? ਹਾਂਜੀ, ਮੈਂ ਭੋਗਪੁਰ ਤੋਂ ਹਾਂ ਜੀ। ਅੱਛਾ, ਭੋਗਪੁਰ ਤੋਂ ਇੱਥੇ? ਇੱਥੇ ਕੰਮ ਕਰਦੇ ਟੈਕਸੀ ਦਾ, ਹਾਂਜੀ ਆਪਣਾ। ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਪੀ ਜੀ ਦੇ ਵਿੱਚ ਵੀ ਇੱਥੇ ਰਹਿੰਦੇ ਨੇ, ਲਾਗੇ ਇੱਕ ਸਸਤਾ ਅਤੇ ਕੁਆਲਿਟੀ ਵਾਲਾ ਖਾਣਾ ਹੋਣ ਦੇ ਕਾਰਨ ਇੱਥੇ ਆ ਕੇ ਖਾਣਾ ਜ਼ਰੂਰ ਖਾਂਦੇ ਨੇ। ਸੋ ਤੁਸੀਂ ਦੇਖਿਆ ਇਸ ਸੇਵਾ ਰਸੋਈ ਦੇ ਵਿੱਚ 20 ਰੁਪਏ ਦੇ ਵਿੱਚ ਖਾਣਾ ਮਿਲਦਾ ਹੈ, 4 ਰੋਟੀਆਂ ਦੇ ਨਾਲ 2 ਤਰ੍ਹਾਂ ਦੀ ਸਬਜ਼ੀ ਵੀ ਮਿਲਦੀ ਹੈ, ਅਲੱਗ ਅਲੱਗ ਦਿਨਾਂ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਖਾਣ ਨੂੰ ਮਿਲਦੀਆਂ ਨੇ, ਮਿੱਠੇ ਦੀ ਵੀ ਆਈਟਮ ਹੈ, ਚੌਲ ਵੀ ਮਿਲਦੇ ਨੇ। ਲੋਕਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਸੁਣਾਈ, ਲੋਕਾਂ ਦਾ ਕਹਿਣਾ ਹੈ ਕਿ ਅਸੀਂ ਅਲੱਗ ਅਲੱਗ ਥਾਵਾਂ ਤੋਂ ਹਾਂ, ਅਲੱਗ ਅਲੱਗ ਸਟੇਟ ਤੋਂ ਹਾਂ, ਸਾਡੇ ਲਈ ਬਹੁਤ ਫਾਇਦੇਮੰਦ ਹੈ, ਕਿਉਂਕਿ ਕਰੋਨਾ ਕਾਰਨ ਜਿਹੜਾ ਹੈ ਬਹੁਤ ਸਾਰਾ ਨੁਕਸਾਨ ਵੀ ਹੋਇਆ ਹੈ, ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਨਾਲ ਹੋਰ ਵੀ ਚੀਜ਼ਾਂ, ਪੈਟਰੋਲ ਡੀਜ਼ਲ ਦੇ ਰੇਟ ਵੀ ਤੁਸੀਂ ਜਾਣਦੇ ਹੀ ਹੋ ਜਿਵੇਂ ਕਿ ਬਹੁਤ ਵੱਧ ਗਏ ਨੇ, ਪਰ ਫਿਰ ਵੀ ਇਹ ਪਰਿਵਾਰ ਜਿਹੜਾ ਹੈ ਕੈਮਰੇ ਦੇ ਮੂਹਰੇ ਆਏ ਬਿਨਾਂ ਹੀ ਜਿਹੜਾ ਹੈ ਇੱਥੇ ਸੇਵਾ ਕਰ ਰਿਹਾ ਹੈ। 150 ਤੋਂ ਜ਼ਿਆਦਾ ਲੋਕਾਂ ਦਾ ਖਾਣਾ ਜਿਹੜਾ ਹੈ ਰੋਜ਼ ਸਿਰਫ 20 ਰੁਪਏ ਦੇ ਵਿੱਚ ਪ੍ਰੋਵਾਈਡ ਕਰਾ ਰਿਹਾ ਹੈ। 20 ਰੁਪਏ ਵੀ ਤਾਂ ਲੈ ਰਿਹਾ ਕਿ ਲੋਕਾਂ ਨੂੰ ਮਹਿਸੂਸ ਨਾ ਹੋਵੇ ਕਿ ਅਸੀਂ ਖਾਣਾ ਇੱਥੇ ਜਿਹੜਾ ਹੈ ਫ੍ਰੀ ਖਾ ਰਹੇ ਹਾਂ। ਕੈਮਰਾ ਪਰਸਨ ਵਿਜੇ ਦੇ ਨਾਲ ਜਗਦੀਪ ਸਿੰਘ, ਪੰਜਾਬੀ ਬੁਲਟਨ, ਜਲੰਧਰ।